ਤਰੱਕੀਆਂ ਦੇ ਬਾਬਾ ਜੀ, ਤੁਹਾਡੀਆਂ ਵੀਡੀਓ ਵੇਖੀ ਦੀਆਂ, ਪਤਾ ਨੀ ਸੀ ਤੁਹਾਡੇ ਨਾਲ ਸਾਡੇ ਮੇਲ ਹੋਣੇ ਆ। ਹੋਰ ਕਿੱਦਾਂ, ਇਹ ਕੌਣ ਏ, ਇਹ ਕੌਣ ਨੇ, ਦੱਸ ਮੇਰੇ ਵੱਲੋਂ ਕੌਣ ਆ? ਮਾਸੜ ਆ, ਮਾਸੜ ਫੌਜੀ, ਇਹ ਮਾਸੜ ਆ ਮੈਂ। ਅੱਛਾ ਜੀ, ਮੇਰਾ ਨਾਮ ਦੱਸ ਉਹਨਾਂ ਨੂੰ, ਦਿਖਾਈ ਇਹਨਾਂ ਨੂੰ, ਦਿਖਾਈ। ਇਹ ਵੀਰ ਜੀ, ਆਪਾਂ ਨੂੰ ਦਸੰਬਰ ਦਾ ਮਿਲਿਆ ਵੀਰ ਜੀ। ਧੰਨਵਾਦ ਜੀ। ਦਸੰਬਰ ਦਿਨ 'ਤੇ, ਠੀਕ ਹੈ ਜੀ। ਇੱਥੇ ਲਾਗੇ ਭਿੱਖੀ ਵਿੰਡੋ ਜਦੋਂ ਜਾਈਏ ਨਾ, ਹਰੀਕੇ ਪੱਤਣ ਤੋਂ ਭਿੱਖੀ ਵਿੰਡੋ ਜਾਈਏ, ਇੱਥੋਂ 8-10 ਕਿਲੋਮੀਟਰ ਮੇਰੇ ਫਰੈਂਡ ਵਾ, ਉਹਨਾਂ ਦਾ ਭੱਠਾ ਵਾ ਜੀ, ਠੀਕ ਹੈ ਜੀ। ਦਸੰਬਰ ਦੇ ਵਿੱਚ ਜਦੋਂ ਹੱਦੋਂ ਜ਼ਿਆਦਾ ਠੰਡ ਸੀ, ਹੱਦੋਂ ਜ਼ਿਆਦਾ, ਹਾਂਜੀ ਹਾਂਜੀ, ਇਹ ਕੀ ਸੀਗਾ ਕਿ ਰੋਡ ਦੇ ਵੱਡਾ ਰੋਡ ਲੰਘਣ ਡਿਆ ਸੀਗਾ, ਅਤੇ ਉੱਥੇ ਰੋਡ ਖਾਲੀ ਜਗ੍ਹਾ ਨਹੀਂ ਹੁੰਦੀ ਜਿੱਥੇ ਰੁੱਖ ਜਿਹੇ ਲੱਗੇ ਹੁੰਦੇ ਆ, ਉੱਥੇ ਪਰਾਲੀ ਪਈ ਅਤੇ ਪਰਾਲੀ 'ਚ ਐਂ ਮੜ ਕੇ ਪਿਆ ਸੀਗਾ। ਠੀਕ ਹੈ ਜੀ, ਠੀਕ ਹੈ ਜੀ। ਉਹ ਮੈਨੂੰ ਜਾਣਦੇ ਸੀਗੇ ਅਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਇੱਦਾਂ ਕੋਈ ਵੀਰ ਵਾ, ਮਤਲਬ ਕਿ ਹਾਲਤ ਬੜੀ ਤਰਸਯੋਗ ਆ, ਠੰਡ ਲੱਗਣ ਡੀ, ਉਹਨਾਂ ਵਿਚਾਰਿਆਂ ਨੇ ਘਰੇ ਖੜ ਕੇ ਚਾਹ ਚੂਹ ਪਿਆਈ, ਇਹਨੂੰ ਫਿਰ ਆਪਣੇ ਕੋਲ ਬਿਠਾਇਆ ਅਤੇ ਮੈਨੂੰ ਫੋਨ ਕੀਤਾ। ਇਹ ਆਪਣਾ ਨਾਮ ਜੋਗਿੰਦਰ ਦੱਸਦਾ ਸੀਗਾ ਅਤੇ ਪਿੰਡ ਦੱਸਦਾ ਜੀ ਦਾਲਮ ਨੰਗਲ, ਹਾਂਜੀ ਦਾਲਮ ਨੰਗਲ। ਇਹ ਹੋ ਕੇ ਤਾਂ ਮੈਂ ਚੱਲ ਕੱਲ੍ਹ ਆਇਆ ਨਾ, ਕੱਲ੍ਹ ਵੀਡੀਓ ਪਾਈ ਸੀ ਮੈਂ, ਮੈਨੂੰ ਉਦੋਂ ਹੀ ਮੈਂ ਫੋਨ ਕਰ ਦਿੱਤਾ। ਇਹ ਬੜੀ ਕਿਸਮਤ ਤੁਹਾਡੀ ਚੰਗੀ ਆ ਕਿ ਇਹ ਵੀ ਤੁਹਾਨੂੰ ਮਿਲ ਗਿਆ। ਮੈਂ ਸਾਰੀ ਕਹਾਣੀ ਤੁਹਾਨੂੰ ਸੁਣਾਉਂਦਾ, ਆਜੋ ਤੁਸੀਂ ਅੰਦਰ ਆਜੋ, ਆਜੋ ਆਜੋ ਅੰਦਰ ਆਜੋ। ਲੱਖੇ, ਮੈਨੂੰ ਇਹਨੂੰ ਗੁੱਸੇ ਮੈਂ ਤਾਦ ਹੁਣ ਡਿਆ ਕਿ ਤੂੰ ਯਾਰ ਬੂਹਾ ਖੋਲ ਦਿੱਤਾ ਬਿਨਾਂ ਜਾਣੇ ਪਛਾਣੇ, ਰਾਤ ਨੂੰ ਇੱਥੇ ਕੋਈ ਵੀ ਆਣ ਕੇ ਬੰਦਾ ਲੈ ਜੇ, ਸੋਚਿਆ ਵੀ ਬਾਬਾ ਜੀ ਅੰਦਰ ਹੁੰਦੇ ਨੇ, ਹਾਂਜੀ ਨਹੀਂ ਆਪਣਾ ਲੱਗੇ ਨਾ ਘਰ। ਮੈਂ ਇਸ ਟਾਈਮ ਆ ਰਿਹਾ ਵੀਰੇ ਫਗਵਾੜੇ ਤੋਂ, ਵੈਸੇ ਬਾਬਾ ਜੀ ਤੁਹਾਡਾ ਹੀ ਨਾਂ ਹੀ ਲਿਆ ਸੀ ਤੇ ਮੇਰੇ ਨਾਲ ਸਿਰ ਪੀੜਾਉਣ ਡੀ ਸੀ ਤੇ ਤੁਹਾਡੇ ਡਾਕਟਰ ਮੈਡੀਕਲ ਸਟੋਰ ਵਾਲਿਆਂ ਨੇ ਇੰਨਾ ਵਧੀਆ, ਮਤਲਬ ਮੇਰੇ ਸਾਡੇ ਕੋਲ ਪੈਸੇ ਤੱਕ ਨਹੀਂ ਲਏ ਉਹਨਾਂ ਨੇ, ਦਵਾਈ ਦੇ ਪੈਸੇ ਸਾਡੇ ਇੱਥੋਂ ਤੱਕ ਬੰਦਾ ਭੇਜਿਆ ਸਾਡੇ ਨਾਲ, ਕਿਹਾ ਵੀ ਸਾਡੇ ਕੋਲ ਰੁਕ ਜਾਓ ਕੋਈ ਗੱਲ ਨਹੀਂ, ਕਹਿੰਦੇ ਵੀ ਤੁਸੀਂ ਜੇ ਬਾਬਾ ਜੀ ਤੁਹਾਨੂੰ ਫੋਨ ਨਹੀਂ ਰਿਸੀਵ ਹੋਣ ਡਿਆ ਤੇ ਤੁਸੀਂ ਸਾਡੇ ਕੋਲ ਰੁਕ ਜਾਓ, ਕੋਈ ਗੱਲ ਨਹੀਂ ਉਹ ਸਾਡੇ ਆਪਣੇ ਹੀ ਆ। ਅਸਲ ਦੇ ਵਿੱਚ ਵੀ ਜੀ ਮੈਂ ਆਉਂਦਿਆਂ ਫਗਵਾੜੇ ਤੋਂ, ਹਾਂਜੀ ਹਾਂਜੀ ਸਿੱਧਾ, ਠੀਕ ਹੈ ਜੀ। ਫਗਵਾੜੇ ਤੋਂ ਆਉਂਦਿਆਂ ਬੰਦਾ ਉੱਥੇ ਮੈਂਟਲੀ ਅਪਸੈਟ ਹੀ ਬੰਦੇ, ਉਹ ਛਡਵਾ ਕੇ ਆਉਂਦੇ ਆ, ਉਹ ਚੱਲ ਪੁਲਿਸ ਨੇ ਰੱਖ ਲਏ, ਉਹਨਾਂ 'ਤੇ ਅਸੀਂ ਕਾਰਵਾਈ ਕਰਵਾਉਣ ਡਿਆ। ਅਤੇ ਹੁਣ ਮੈਂ ਜਾਣਾ ਸੀ ਚੰਡੀਗੜ੍ਹ, ਉਹ ਮੇਰੇ ਪਿੰਡ ਦਾ ਕੋਈ ਬੱਚਾ ਵਾ, ਉਹਦਾ ਐਕਸੀਡੈਂਟ ਹੋ ਗਿਆ ਅਤੇ ਉਹ ਮੈਂ ਚੱਲ ਤੁਹਾਡਾ ਕਰਕੇ ਰੁਕ ਗਿਆ ਮੈਂ, ਅਤੇ ਤਦ ਮੈਂ ਕਿਹਾ ਚਲੋ ਹੁਣ ਵੀਰਾਂ ਨੂੰ ਮਿਲ ਚੱਲਦੇ, ਆਜੋ ਅੰਦਰ ਆਜੋ। ਦੂਜਾ ਲੱਖੇ ਪਾਣੀ ਫੜ ਯਾਰ, ਪਾਣੀ 'ਤੇ ਪਿਆ, ਹਜੇ ਮੈਂ ਘਰ ਨਹੀਂ ਗਿਆ, ਮੈਂ ਸਿੱਧਾ ਇੱਧਰ ਹੀ ਆ ਗਿਆ। ਹਾਂਜੀ, ਇਹਦੀ ਇਸ ਬੰਦੇ ਦੀ ਕਿਸਮਤ ਲਾ ਲਓ ਬੜੀ ਚੰਗੀ ਆ, ਇਹ ਬੰਦਾ ਸਾਡੇ ਕੋਲੋਂ ਵੀ ਭੱਜ ਗਿਆ ਸੀਗਾ। ਹਾਂਜੀ ਹਾਂਜੀ, ਸਾਡੇ ਕੋਲੋਂ ਵੀ ਬੰਦਾ ਭੱਜ ਗਿਆ ਸੀਗਾ, ਕਿਉਂਕਿ ਸਾਡੇ ਉਸ ਤੋਂ ਬਾਅਦ ਅਸੀਂ ਇੱਥੇ ਕੱਚ ਲਵਾ ਤਾ, ਜਦੋਂ ਇਹ ਭੱਜ ਗਿਆ ਇੱਕ ਜਣਾ ਹੋਰ ਭੱਜ ਗਿਆ, ਅਸੀਂ ਕੱਚ ਲਵਾ ਤਾ ਕਿ ਤਾਂ ਜੋ ਇਹ ਕੋਈ ਹੋਰ ਨਾ ਭੱਜ ਜੇ। ਕਿਸਮਤ ਵਾਲਾ ਵੀ ਲਾ ਲੋ ਜਾਂ ਕਿਸੇ ਬੰਨੇ ਵੀ ਲਾ ਲੋ, ਮਾੜੀ ਕਿਸਮਤ ਵੀ ਲਾ ਲੋ, ਕਿਸੇ ਬੰਨੇ ਚੰਗੀ ਵੀ ਲਾ ਲੋ। ਇਹ ਜੀ ਅੰਕਲ ਜਦੋਂ ਮੈਨੂੰ ਲੈ ਕੇ ਆਉਂਦਾ ਨਾ ਦਾਲਮ ਪਿੰਡ ਦੇ ਸਰਪੰਚ ਦਾ, ਮੈਂ ਵਾਈਫ ਉੱਥੋਂ ਕੱਢ ਕੇ ਗੂਗਲ ਤੋਂ ਨੰਬਰ ਕੱਢ ਕੇ ਫੋਨ ਲਾਇਆ, ਦਾਲਮ ਪਿੰਡ ਵਾਲਾ ਸਰਪੰਚ ਕਹਿੰਦਾ ਸਾਡੇ ਪਿੰਡ ਦਾ ਬੰਦਾ ਨਹੀਂ ਆ। ਫਿਰ ਮੈਂ ਫੋਨ ਲਾਇਆ ਨੰਗਲ ਪਿੰਡ ਦੇ ਸਰਪੰਚ ਨੂੰ, ਨੰਗਲ ਪਿੰਡ ਦਾ ਸਰਪੰਚ ਵੀ ਕਹਿੰਦੇ ਸਾਡੇ ਪਿੰਡ ਦਾ ਬੰਦਾ ਨਹੀਂ ਹੈ, ਪਰ ਇਹ ਬੋਲਦਾ ਦਾਲਮ ਨੰਗਲ, ਦਾਲਮ ਨੰਗਲ ਸੀਗਾ, ਠੀਕ ਹੈ ਜੀ। ਹਾਂਜੀ, ਮੇਰੇ ਕੋਲ ਸ਼ੁਰੂ ਤੋਂ ਰਹਿ ਰਿਹਾ, ਮੰਮੀ ਵੀ ਡੈਥ ਹੋ ਗਈ ਹੈ,
ਡੈਡੀ ਦੀ ਡੈਥ ਹੋ ਗਈ, ਇਹਦੇ ਦੋ ਭਰਾ ਹੋਰ ਨੇ, ਉਹ ਵੀ ਮੈਂਟਲੀ ਡਿਵੈਲਪ ਹੈ ਉਹਨਾਂ ਦੇ। ਹਾਂ ਫਿਰ ਮੈਂ ਤੁਹਾਨੂੰ ਦੱਸਦਾ, ਫਿਰ ਜਦੋਂ ਇਹਦੀ ਮੈਂ ਵੀਡੀਓ ਬਣਾਈ ਉਦੋਂ ਨਹੀਂ, ਪਰ ਮੈਂ ਪੋਸਟ ਨਹੀਂ ਕੀਤੀ, ਮੈਂ ਲੋਕਾਂ ਨੇ ਆਖਣਾ ਪਿੰਡ 'ਤੇ ਆਪਣੇ ਦੱਸਣ ਡਿਆ ਅਤੇ ਤੁਸੀਂ ਵੀਡੀਓ ਕਿਉਂ ਪਾਉਣ ਡੇ ਜਦੋਂ ਸਾਡੇ ਕੋਲ ਐਡਰੈਸ ਤੁਹਾਡੇ ਕੋਲ ਆਲਰੇਡੀ ਹੈਗਾ, ਤੁਸੀਂ ਵੀਡੀਓ ਕਿਉਂ ਪਾਉਣ ਡਿਆ ਜੀ? ਚਲੋ ਮੈਂ ਇਹਨੂੰ ਸੋਚਿਆ ਕਿ ਇਹਨੂੰ ਮੈਂ ਨਾ ਪਿੰਡ ਲੈ ਚੱਲਦਾ ਵਾ ਇਹਦੇ ਦਾਲਮ ਨਗਲ, ਕੋਈ ਨਾ ਕੋਈ ਤਾਂ ਪਛਾਣੂਗਾ। ਕੀ ਹੋਇਆ ਕਿ ਜਨਵਰੀ ਦਾ ਮਹੀਨਾ ਸੀ, ਅਸੀਂ ਇਹਨੂੰ ਲੈ ਕੇ ਅੰਮ੍ਰਿਤਸਰ ਚਲੇ ਗਏ, ਜਾਣ ਡਿਆ ਰਸਤੇ ਦੇ ਵਿੱਚ ਖਲੋ ਕੇ, ਮਤਲਬ ਕਿ ਉੱਦਾਂ ਮੈਂ ਚਲ ਬਾਥਰੂਮ ਕਰ ਲਈਏ ਅੰਮ੍ਰਿਤਸਰ ਜਦੋਂ ਮਨ ਨਾਲ ਜਾਈਦਾ, ਉੱਥੇ ਜਦੋਂ ਖਲੋ ਕੇ ਬਾਹਰ ਬਾਥਰੂਮ ਕਰਨ ਲੱਗੇ ਤਾਂ ਸਾਨੂੰ ਗੁੱਜਰਾਂ ਤੋਂ ਬੰਦਾ ਦੇਖ ਪਿਆ ਇੱਕ, ਵੀ ਯਾਰ ਉਹ ਬੰਦਾ ਵਾ ਗੁੱਜਰ ਨਹੀਂ ਆ, ਉਹ ਜਿਹੜੇ ਹੁੰਦੇ ਆ ਜਿਹੜੇ ਮੁਸਲਿਮ ਗੁੱਜਰ ਹੁੰਦੇ ਆ, ਆਪਾਂ ਦੂਜੇ ਗੁੱਜਰਾਂ ਨੂੰ ਨਹੀਂ ਮਾੜਾ ਕਹਿੰਦੇ, ਜਿਹੜੇ ਮੁਸਲਿਮ ਗੁੱਜਰ ਹੁੰਦੇ ਆ ਇਹ ਕੁਝ ਪਰਸੈਂਟ ਲੋਕ ਹੁੰਦੇ ਬਹੁਤ ਅੱਤਿਆਚਾਰ ਕਰਦੇ ਆ, ਇਹਨੂੰ ਅਸੀਂ ਗੱਡੀ 'ਚ ਬਿਠਾਇਆ, ਉਹ ਬੰਦਾ ਮੈਂ ਵੇਖ ਲਿਆ, ਮੈਂ ਕਿਹਾ ਯਾਰ ਉਹ ਗੁੱਜਰਾਂ ਦਾ ਬੰਦਾ ਨਹੀਂ ਆ, ਉਹ ਬੰਦਾ ਕੋਈ ਹੋਰ ਕੋਈ ਆ, ਅਤੇ ਨਾ ਗੁਲਾਮ ਬਣਾਇਆ ਲੱਗਦਾ, ਮੈਂ ਜਾ ਕੇ ਗੁੱਜਰਾਂ ਦੇ ਦੁਆਲੇ ਹੋ ਗਿਆ। ਉਹ ਵਾਕਈ ਉਹਨਾਂ ਤੋਂ ਤਿੰਨ ਚਾਰ ਬੰਦੇ ਨਿਕਲੇ ਉਸ ਟਾਈਮ, ਇਹਨੂੰ ਲੈ ਕੇ ਫਿਰ ਮੈਂ ਵਾਪਸ ਆਉਣਾ ਪਿਆ ਕਿਉਂਕਿ ਉਹ ਬੰਦੇ ਤਿੰਨ ਚਾਰ ਮੈਂਟਲੀ ਅਪਸੈਟ ਸੀ, ਉਹਨਾਂ ਨੂੰ ਵੀ ਇੱਥੇ ਛੱਡ ਕੇ ਆਉਣਾ ਸੀ, ਅਤੇ ਮੇਰੇ ਤੋਂ ਘਾਲ ਹੋ ਗਈ। ਫਿਰ ਕੀ ਹੋਇਆ, ਇਹ ਬੰਦਾ ਆਸ਼ਰਮ ਦੇ ਵਿੱਚੋਂ ਇੱਕ ਦਿਨ ਰਾਤ ਨੂੰ ਰਫੂ ਹੋ ਗਿਆ, ਭੱਜ ਗਿਆ ਬਾਬੇ ਬੁੱਢਾ ਸਾਹਿਬ ਦੇ ਲਾਗੇ ਪਿੰਡ ਵਾ, ਗੁਰੇ ਕਿਹੜਾ ਪਿੰਡ ਸੀ ਜਦੋਂ ਆਪਾਂ ਘਰੋਂ ਲੈ ਕੇ ਆਏ ਹਾਂ? ਬਾਬਾ ਬੁੱਢਾ ਸਾਹਿਬ ਲਾਗੇ ਪਿੰਡ ਵਾ, ਕੋਈ ਮੈਨੂੰ ਨਾਂ ਭੁੱਲ ਗਿਆ, ਬਾਬਾ ਬੁੱਢਾ ਸਾਹਿਬ ਗੁਰਦੁਆਰਾ ਸਾਹਿਬ ਸੁਣਿਆ ਹੋਣਾ ਆਪ ਜੀ ਨੇ, ਠੀਕ ਹੈ ਜੀ, ਉੱਥੇ ਹੈ ਇੱਧਰ ਝਬਾਲ ਲਾਗੇ ਬਾਬਾ ਬੁੱਢਾ ਸਾਹਿਬ ਜੀ ਆ, ਹਾਂਜੀ ਟੋਲ ਪਲਾਜ਼ੇ ਕੋਲ, ਅਤੇ ਉਹ ਚੱਲਣ ਦੀ ਸਾਰੀ ਬਾਬਾ ਬੁੱਢਾ ਸਾਹਿਬ ਗੁਰਦੁਆਰੇ ਦੇ ਕੋਲ ਇਹ ਬੰਦਾ ਸਾਡੇ ਕੋਲੋਂ ਭੱਜ ਗਿਆ, ਭੱਜ ਗਿਆ। ਚਲੋ ਕੋਸ਼ਿਸ਼ ਕੀਤੀ, ਨਹੀਂ ਲੱਭਾ, ਠੀਕ ਹੈ ਜੀ, ਕਿਉਂਕਿ ਸਾਡੇ ਨਾ ਉਦੋਂ ਇੱਥੇ ਕੱਚ ਨਹੀਂ ਸੀ ਲਗਾ, ਫਿਰ ਅਸੀਂ ਕੱਚ ਲਵਾਇਆ, ਵੀ ਅਸੀਂ ਤਾਂ ਲੋਕਾਂ ਤੋਂ ਕਢਵਾ ਕੇ ਲਿਆਉਂਦੇ ਹਾਂ, ਫਿਰ ਜੇ ਸਾਡੇ ਤੋਂ ਫਿਰ ਭੱਜ ਗਏ ਤਾਂ ਕੀ ਫਾਇਦਾ, ਕਿਉਂਕਿ ਇਹਨਾਂ ਨੂੰ ਅਸੀਂ ਗੁਲਾਮ ਨਹੀਂ ਬਣਾਇਆ। ਪਰ ਇਹ ਆ ਕਿ ਜਿਵੇਂ ਕੁੱਕੜ ਨੂੰ ਬਚਾਉਣਾ ਪੈਂਦਾ ਨਾ ਮੁਰਗੀ ਤੋਂ, ਇੱਦਾਂ ਸਾਨੂੰ ਲੋਕਾਂ ਤੋਂ ਇਹੋ ਜਿਹੜੇ ਅੱਜ ਕੱਲ੍ਹ ਕਲਯੁਗੀ ਜੀਵ ਆ ਉਹਨਾਂ ਤੋਂ ਬਚਾ ਕੇ ਰੱਖਣੇ ਪੈਂਦੇ ਆ, ਠੀਕ ਹੈ ਜੀ, ਵੀ ਜੇ ਲਾ ਲਓ ਇੱਥੋਂ ਨਿਕਲ ਗਿਆ ਕੀ ਤਾਂ ਕਿੰਨੇ ਰੱਖ ਲੈਣਾ, ਉਹ ਤਾਂ ਚੱਲ ਕਿਸਮਤ ਵਾਲਾ ਚੰਗਾ, ਵੀਰਾਂ ਦਾ ਧੰਨਵਾਦ ਜਿਨ੍ਹਾਂ ਦੇ ਘਰੇ ਗਿਆ ਏ, ਉਹ 5-7 ਦਿਨ ਉਹਨਾਂ ਆਪਣੇ ਘਰੇ ਰੱਖਿਆ, ਉਹਦਾ ਐਡਰੈਸ ਐਡਰੂਸ ਪਤਾ ਕਰਦੇ ਰਹੇ, ਨਾ ਪਤਾ ਲੱਗਾ, ਉਹ ਮੇਰੇ ਵੀਡੀਓ ਦੇਖਦੇ, ਉਹਨਾਂ ਮੈਨੂੰ ਫੋਨ ਕੀਤਾ, ਕਹਿੰਦੇ ਵੀਰੇ ਸਾਡੇ ਕੋਲ ਬੰਦਾ ਕੋਈ ਮੈਂਟਲੀ ਅਪਸੈਟ ਆਇਆ ਵਾ, ਅਤੇ ਹੈਗਾ ਵੀ ਪੰਜਾਬੀ ਆ, ਅਤੇ ਉਹਦਾ ਘਰ ਬਾਰ ਨਹੀਂ ਲੱਭ ਰਿਹਾ। ਜਦੋਂ ਮੈਂ ਜਾ ਕੇ ਵੇਖਿਆ, ਮੈਂ ਕਿਹਾ ਯਾਰ ਇਹ ਬੰਦਾ ਮੇਰੇ ਤੋਂ ਆਇਆ ਜੀ, ਮੇਰੇ ਤੋਂ ਆਇਆ, ਚਲੋ ਮੈਂ ਲੈ ਕੇ ਇਹਨੂੰ ਆਸ਼ਰਮ ਆ ਗਿਆ, ਅਤੇ ਮੈਂ ਫਿਰ ਮੈਂ ਸੇਵਾ ਦਾ ਕਰਕੇ ਮੈਂ ਸੋਚਿਆ ਵੀ ਇਹ ਦਾਲ ਵਾਲੇ ਨੂੰ ਪਛਾਣਨ ਨਹੀਂ ਡਿਆ, ਮੈਂ ਖੜੂੰਗਾ ਕਿੱਥੇ, ਜਦੋਂ ਸਰਪੰਚ ਨੂੰ ਵਿਖਾ ਲਿਆ, ਉਹਨੇ ਪਿੰਡ 'ਚ ਵਿਖਾ ਲਿਆ, ਕਿੱਥੇ ਖੜੂੰਗਾ? ਫਿਰ ਮੇਰੇ ਕੱਲ੍ਹ ਦਿਮਾਗ 'ਚ ਆਈ ਯਾਰ ਇੱਕ ਨੂੰ ਲੈ ਕੇ ਤਾਂ ਜਾਵਾਂ ਜੀ, ਕੀ ਪਤਾ ਕੋਈ ਜੀ ਨਾ ਕੋਈ, ਕਈ ਵਾਰ ਹੁੰਦਾ ਵਾ ਕਿ ਬੰਦੇ ਦੀ ਪਛਾਣ ਕਈ ਵਾਰ ਨਹੀਂ ਹੁੰਦੀ, ਚਿਰਾਂ ਤੋਂ ਵਿਛੜਿਆ ਹੁੰਦਾ ਵਾ, ਮੈਂ ਉਹ ਸਦਾ ਇਹਦਾ ਕੋਈ ਆਪਣਾ ਇਹਨੂੰ ਵੇਖ ਕੇ ਪਛਾਣ ਲਵੇ, ਕਈ ਵਾਰ ਸਰਦਾਰ ਹੁੰਦਾ ਅਤੇ ਇਹ ਕਟਿੰਗ ਕਰਾ ਦਿੰਦੀ ਹੈ, ਤਾਂ ਆਦ ਨਹੀਂ ਪਛਾਣਿਆ ਜਾਂਦਾ। ਜਦੋਂ ਕੱਲ੍ਹ ਮੈਂ ਪਿੰਡ ਦਾਲਮ ਲੈ ਕੇ ਸਾਰਾ ਦਿਨ ਉੱਥੇ ਘੁੰਮਦਾ ਰਿਹਾ, ਠੀਕ ਹੈ ਜੀ, ਨਹੀਂ ਪਤਾ ਲੱਗਾ, ਚੱਲ ਮੈਂ ਚੱਲ ਵੀਡੀਓ ਬਣਾ ਕੇ ਪਾ ਦੇਣਾ। ਅਤੇ ਅੱਜ ਇਟਲੀ ਤੋਂ ਮੈਨੂੰ ਫੋਨ ਆਇਆ ਸੀ ਅੱਜ, ਉਦੋਂ ਮੈਂ ਫਗਾੜੇ ਜਾਣ ਡਿਆ ਰਸਤੇ ਦੇ 'ਚ, ਫੋਨ ਕਾਫੀ ਵੀਰ ਦੇ ਆਏ, ਅਤੇ ਮੈਂ ਕਿਹਾ ਯਾਰ ਇੰਨੇ ਫੋਨ ਆਉਣ ਡਿਆ, ਅਤੇ ਚਲੋ ਨਹੀਂ, ਚਲੋ ਉਹਦਾ ਫਿਰ ਕਾਲ ਆ ਗਈ, ਉਸ ਤੋਂ ਬਾਅਦ ਮੇਰੇ ਸਾਹਮਣੇ ਤੁਹਾਡਾ ਫੋਨ ਆਇਆ, ਤੁਸੀਂ ਆ ਮੇਰੇ ਮਾਮਾ ਜੀ ਆ, ਠੀਕ ਹੈ ਜੀ, ਅਤੇ ਮੈਂ ਤੁਹਾਨੂੰ ਤਾਦ ਅੱਜ ਦਾ ਟ੍ਰੇਨ ਕਿਹਾ ਸੀ, ਮੈਂ ਕਿਉਂਕਿ ਅੱਜ ਮੈਂ ਰਾਤ ਦੇ 10 ਵਜੇ ਮੈਂ ਘਰੇ ਆਉਂਦਾ 11 ਵਜੇ, ਮੈਂ ਤਾਦ ਕਿਹਾ ਸੀਗਾ ਵੀ ਤੁਸੀਂ ਦੂਰੋਂ ਆਉਣਾ, ਖਜਲ ਖਰਾਬ ਨਾ ਹੋਵੋ, ਚਲੋ ਪਰ ਤੁਹਾਡਾ ਦੇਣ ਨਹੀਂ ਦੇ ਸਕਦੇ, ਕੋਈ ਗੱਲ ਨਹੀਂ ਭਰਾ, ਕੋਈ ਗੱਲ ਨਹੀਂ ਵੱਡੇ ਜੀ, ਹਾਂਜੀ ਖੁਸ਼ ਹੋ ਗਿਆ, ਸਾਰਾ ਪਰਿਵਾਰ ਨੀ ਖੁਸ਼ ਹੋਇਆ, ਇਹ ਜਿੰਨਾ ਜਿੰਨਾ ਤੁਹਾਡੀ ਵੀਡੀਓ ਦੇਖੀ ਹੈ ਨਾ, ਹਾਂਜੀ, ਉਹ ਜਗ੍ਹਾ ਦੇ ਖੁਸ਼ ਹੋਏ ਆ, ਉਹ ਜਗ੍ਹਾ ਤੇ ਖੁਸ਼ ਹੋਏ, ਤੇ ਮੈਂ ਉਹਨਾਂ ਨੂੰ ਕਿਹਾ ਮੈਂ ਇਹੀ ਵੀਡੀਓ ਵੇਖਣੀ ਉਹਨੇ, ਅੱਜ ਮੈਂ ਫੇਸ ਟੂ ਫੇਸ ਮਿਲਣ ਚੱਲਿਆ, ਏਦਾਂ ਮੈਂ ਅੱਜ ਮੈਂ ਫੇਸ ਟੂ ਫੇਸ ਮਿਲਣ ਚੱਲਿਆ ਉਹਨਾਂ ਨੂੰ, ਤੇ
ਬੜੀ ਖੁਸ਼ੀ ਮਨਾਈ ਹੈ ਜੀ। ਇਹ ਕਿੰਨਾ ਕੁ ਦੂਰ ਅਕਰਪੁਰ ਉਤੋਂ ਦਾਲਮ ਤੋਂ? ਵਾਨ ਪਿੰਡ ਸਾਡਾ ਇਹ ਜਿਹੜਾ ਦਾਲਮ ਤੋਂ 2-3 ਕਿਲੋਮੀਟਰ ਦਾ ਫਕਰ ਅਕਰਪੁਰੇ ਦਾ ਵਾ, ਤੇ ਜਿਹੜਾ ਜਦੋਂ ਸਾਡੇ ਕੋਲ ਰਹਿੰਦਾ ਵਾ ਤੇ ਸਾਡਾ ਇਹਦੇ ਨਾਲੋਂ ਫਰਕ ਵਾ ਕੋਈ 1-1 ਘੰਟੇ ਦਾ ਫਰਕ। ਆਪ ਜੀ ਦਾ ਕਿਹੜਾ ਪਿੰਡ? ਅਵਾਨ। ਅਵਾਨ ਪਿੰਡ, ਅਵਾਨ ਸੁਣਿਆ ਵਾ। ਹਾਂਜੀ, ਛੋਟਾਪੁਰ ਸੁੱਚਾ ਸਿੰਘ ਨੂੰ ਸੁਣਿਆ ਹੋਣਾ ਤੁਸੀਂ? ਛੋਟਾ, ਹਾਂ, ਸੁੱਚੇਪੁਰ, ਛੋਟੇ, ਹਾਂ, ਲੰਗਾਹ, ਸੁੱਚਾ ਸਿੰਘ, ਛੋਟੇਪੁਰ। ਹਾਂਜੀ, ਇਹ ਏੜ ਗੇੜ ਪਿੰਡ ਨੇ ਸਾਰੇ ਉੱਥੇ। ਅੱਛਾ ਅੱਛਾ ਜੀ, ਹਾਂ, ਉੱਥੇ ਪਿੰਡ ਆ। ਚਲੋ, ਮੈਂ ਉਹਨਾਂ ਨੂੰ ਆਖਣ ਡਿਆ ਹਾਂ ਕਿ ਮੈਂ ਕੱਲ੍ਹ ਨਾ ਬੜਾ ਅੰਕਲ ਜੀ ਸੱਚ ਜਾਣਿਓ, ਜਦੋਂ ਅਸੀਂ ਵਾਪਸ ਆਏ ਨਾ ਬੜਾ ਮਨ ਨੂੰ ਹੋਰ ਤਰ੍ਹਾਂ ਹੋਇਆ ਕਿ ਯਾਰ ਫਾਇਦਾ ਨਹੀਂ ਹੋਇਆ ਬਾਬਾ ਜੀ। ਜਿੱਥੋਂ ਜਿੱਥੋਂ ਅਸੀਂ ਥੋੜ੍ਹੀ ਲੋਕੇਸ਼ਨ ਦੇ ਸਾਡੀ ਕੋਈ ਮਿਸਅੰਡਰਸਟੈਂਡਿੰਗ ਹੁੰਦੀ ਨੂੰ, ਜਿੱਥੋਂ ਜਿੱਥੋਂ ਅਸੀਂ ਤੁਹਾਡੇ ਵੱਲੋਂ ਪੁੱਛਿਆ ਨਾ, ਹਾਂਜੀ, ਸਾਨੂੰ ਉੱਥੋਂ ਉੱਥੋਂ ਹੀ ਤੁਹਾਡੇ ਵੱਲੋਂ ਇੰਨਾ ਵਧੀਆ, ਮਤਲਬ ਲੋਕਾਂ ਨੇ ਦੱਸਿਆ ਨਾ ਵੀ ਇੰਨੇ ਵਧੀਆ ਤਰੀਕੇ ਨਾਲ ਮਨ ਖੁਸ਼ ਹੁੰਦਾ ਗਿਆ। ਵਾਹਿਗੁਰੂ। ਅਤੇ ਆਹ ਤੁਹਾਡੇ ਇੱਥੇ ਮੈਡੀਕਲ ਸਟੋਰ 'ਤੇ ਅਸੀਂ ਆਣ ਕੇ ਰੁਕੇ, ਮੇਰਾ ਤਬੀਅਤ ਖਰਾਬ ਸੀ, ਮੈਂ ਬੇਟੇ ਨੂੰ ਕਿਹਾ ਮੈਂ ਯਾਰ ਮੇਰੇ ਵਾਸਤੇ ਮੈਡੀਸਨ ਲੈ ਗਿਆ। ਹਾਂਜੀ, ਉਹ ਚਲੋ ਹੈ ਨਹੀਂ, ਉਹਨਾਂ ਦੇ ਫੋਨ ਕੀਤਾ, ਉਹ ਮੈਡੀਕਲ ਸਟੋਰ 'ਤੇ ਆਏ ਅਤੇ ਅਸੀਂ ਦੱਸਿਆ ਵੀ ਅਸੀਂ ਉਹਨਾਂ ਕੋਲ ਚੱਲੇ ਹਾਂ, ਅਤੇ ਮੈਂ ਵੀ ਇਹਨੂੰ ਮੈਂ ਮੈਡੀਸਨ ਦੇ ਪੈਸੇ ਨਹੀਂ ਸਾਡੇ ਕੋਲ ਲਏ ਉਹਨਾਂ ਮੈਡੀਸਨ, ਸਾਡੇ ਕੋਲ ਪੈਸੇ ਨਹੀਂ ਲਏ, ਸਾਨੂੰ ਕਹਿੰਦੇ ਵੀ ਜੇ ਬਾਬਾ ਜੀ ਨਹੀਂ ਟੱਕਣ ਡੇ ਤਾਂ ਕੋਈ ਗੱਲ ਨਹੀਂ, ਤੁਸੀਂ ਸਾਡੇ ਕੋਲ ਰਹੋ, ਕੋਈ ਗੱਲ ਨਹੀਂ, ਮਿਲ ਪੈਂਦੇ ਤੁਹਾਨੂੰ, ਹੋ ਜਾਂਦੀ ਤੁਹਾਡੇ ਨਾਲ ਗੱਲਬਾਤ। ਚਲੋ, ਧੰਨਵਾਦ। ਬਾਕੀ ਬਾਬਾ ਜੀ ਆਈ ਐਮ ਵੈਰੀ ਸੋਰੀ, ਨਹੀਂ ਬਾਹਰ ਖਲੋ ਜਾਣਾ ਮੈਨੂੰ ਨਾ, ਬਾਬਾ ਜੀ ਸਾਨੂੰ ਅੰਦਰ ਮਿਲ ਗੱਲ ਨੇ, ਪਤਾ ਕੀ ਪਹਿਲਾਂ ਤਾਂ ਮੈਨੂੰ ਅਸਲ ਦੇ ਵਿੱਚ ਉਸ ਟਾਈਮ ਜਦੋਂ ਤੁਹਾਡਾ ਫੋਨ ਮੇਰੇ ਨਾਲ ਕਨੈਕਟ ਹੋਇਆ ਨਾ, ਉਸ ਟਾਈਮ ਮੈਂ ਹੁਣ ਲਾਸਟ ਟਾਈਮ ਉਦੋਂ ਮੈਂ ਸੀਗਾ ਕਪੂਰਥਲੇ ਸੀਗਾ ਜੀ, ਰਸਤੇ 'ਚ ਆ ਰਹੇ ਸੀਗੇ, ਅਤੇ ਤੁਸੀਂ ਕਿਹਾ ਤਾ ਵੀ ਅਸੀਂ ਅੰਮ੍ਰਿਤਸਰ ਵੀ ਟਾਈਮ ਲੱਗਣਾ, ਮੈਂ ਕਿਹਾ ਮੈਂ 2 ਘੰਟੇ ਮੈਨੂੰ ਲੱਗ ਜਾਣਾ, 2 ਘੰਟੇ ਦਾ ਉਹ ਮੈਂ ਗੱਡੀ ਚਲਾਉਣ ਦਾ ਕਰਕੇ ਫੋਨ ਬਹੁਤ ਜ਼ਿਆਦਾ ਹੁੰਦਾ ਵਾ, ਗੱਡੀ ਚਲਾਉਣ ਦਾ ਕਰਕੇ ਮੈਂ ਫੋਨ ਕਿਤੇ ਲਾ ਦਿੱਤਾ ਸਾਇਲੈਂਟ 'ਤੇ, ਮੇਰੇ ਦਿਮਾਗ 'ਚੋਂ ਨਿਕਲ ਗਿਆ, ਮੈਂ ਤਾਂ ਇੱਥੇ ਆਣ ਕੇ ਵੇਖਿਆ, ਮੈਂ ਕਿਹਾ ਯਾਰ ਉਹ ਕਾਰਡ ਵਿਖਾਈ ਬਾਬਾ ਜੀ ਨੂੰ, ਹਾਂਜੀ ਕਾਰਡ ਵਿਖਾਈ, ਇਹਦੇ ਕਿੰਨੇ ਚਿਰ ਤੋਂ ਮੈਡੀਸਨ ਚੱਲ ਰਹੀ ਹੈ? ਹੈ, ਦੁੱਧ ਖਤਮ ਹੋ ਗਿਆ? ਕੋਈ ਗੱਲ ਨਹੀਂ ਬਾਬਾ ਜੀ, ਬਾਬਾ ਜੀ ਵੇਖੋ ਜੋਗਿੰਦਰ, ਹਾਂਜੀ, ਇਹਦੀ ਮੈਂਟਲ ਹੋਸਪਿਟਲੋਂ ਮਾਨਸਿਕ ਰੋਗੀ ਮੈਡੀਸਨ ਚੱਲਣ ਡੀ, ਹਾਂਜੀ ਅੰਮ੍ਰਿਤਸਰ ਤੋਂ, ਹਾਂ ਅੰਮ੍ਰਿਤਸਰ ਤੋਂ ਚੱਲਣ ਡੀ ਦਵਾਈ ਇਹਦੀ। ਹੁਣ ਇਹਦੀ ਪਹਿਲਾਂ ਅਸੀਂ ਮੈਡੀਸਨ ਲਈ ਉੱਥੋਂ, ਮੈਨੂੰ ਸਾਨੂੰ ਪਤਾ ਸੀ ਵੀ ਇਹਦੀ ਹਾਲਾਤ ਬਾਬਾ ਜੀ ਨੇ ਬੜੀ ਮੁਸ਼ਕਲ ਕੰਟਰੋਲ ਕੀਤਾ ਹੋਣਾ, ਭਾਜੀ ਕੱਲ੍ਹ ਬੰਦੇ ਦਾ ਦਾੜੀ ਤੋਂ ਫੜ ਲਿਆ ਬੰਦੇ ਨੂੰ, ਠੀਕ ਹੈ, ਗੱਡੀ ਗੱਡੀ ਦੇ ਵਿੱਚ ਨਾ ਆਹ ਦੋ ਨਾਲ ਗਏ ਸੀ ਮੇਰੇ, ਇੱਕੇ ਗਿਆ ਸੀ ਇੱਕੇ ਨਾਲ ਗਿਆ ਸੀ, ਇਹਨਾਂ ਨੂੰ ਰਾਤ ਗਲੀ ਦੇ ਵਿੱਚ ਮਤਲਬ ਗੱਡੀ ਦੇ ਵਿੱਚ ਇੱਕ ਸਾਡਾ ਨਾ ਧੱਕੇਸ਼ਾਹੀ ਕਰਦੇ ਹੀ ਹੁੰਦੇ, ਕਦੀ ਮਾਰਦੇ ਨੇ ਕਦੀ, ਪਰਸੋਂ ਸਾਡੇ ਬੰਦੇ ਦੀ ਦਾੜੀ ਫੜ ਲਈ, ਪਰ ਇਹਨਾਂ ਦੇ ਵੱਸ ਦੀ ਗੱਲ ਨਹੀਂ ਹੈ ਹੁਣ ਕਰਦੇ ਆ, ਪਰ ਇਹ ਸੀਗਾ ਮੈਂ ਕਿਹਾ ਰਾਤ ਨੂੰ ਜਿਹੜੇ ਸਾਨੂੰ ਬੰਦੇ ਲੱਗਦੇ ਨਾ ਡੇਂਜਰ ਥੋੜ੍ਹੀ ਜਿਹੀ, ਇਹਨਾਂ 4-5 ਦਿਨ ਤੋਂ ਥੋੜ੍ਹਾ ਜਿਹਾ ਹੋਇਆ ਡਿਸਟਰਬ ਜ਼ਿਆਦਾ, ਠੀਕ ਹੈ ਜੀ, ਤਾਂ ਜੀ ਮੈਂ ਕੋਸ਼ਿਸ਼ ਕੀਤੀ ਵੀ ਯਾਰ ਇਹਦਾ ਘਰ ਲੱਭੀ, ਅਤੇ ਮੈਨੂੰ ਇਹ ਸੀ ਰਾਤ ਨੂੰ ਇਹਨਾਂ ਨੂੰ ਕੋਈ ਸੱਟ ਨਾ ਲਾ ਦੇ, ਇਸ ਕਰਕੇ ਇਹਨਾਂ ਨੂੰ ਲੌਗ ਲਾ ਲਓ ਪੈਂਦਾ ਬਾਬਾ ਜੀ, ਹੁਣ ਸਾਡੀ ਗੱਲ ਵੀ ਹੋ ਰਹੀ ਹੋਸਪਿਟਲ ਨਾਲ, ਸਾਨੂੰ ਵੀ ਕਿਸੇ ਵੇਲੇ ਨਾ ਇੱਦਾਂ ਦਾ ਕੰਮ ਕਰਨਾ ਪੈਂਦਾ, ਸਾਨੂੰ ਕਮਰੇ ਨੂੰ ਲੌਕ ਕਰਨਾ ਪੈਂਦਾ ਵਾ, ਅਤੇ ਇਹ ਕੀ ਹਿਸਾਬ ਤਾਂ ਵੇਦਨ ਦੱਸਿਓ ਮੈਨੂੰ ਉਸ ਕਹਾਣੀ ਵੀ ਉਹਦੀ, ਇਹ ਨਾ ਇਸ ਸ਼ੁਰੂ ਤੋਂ ਹੀ ਨਾ ਬਾਬਾ ਜੀ ਕੋਈ ਪਤਾ ਨਹੀਂ ਕੀ ਕਹਾਣੀ ਵਾਪਰੀ ਕੀ ਨਹੀਂ, ਵੀ ਸਾਡੇ ਮਾਸੜ ਜੀ ਦੀ ਡੈਥ ਹੋ ਗਈ, ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੂੰ ਰੱਬ ਵੱਲੋਂ ਸਾਰਾ ਪਰਿਵਾਰ ਹੀ ਨਾ, ਪਹਿਲਾਂ ਵੱਡਾ ਭਰਾ ਇੱਦਾਂ ਹੋ ਗਿਆ, ਉਹ ਵੀ ਮੈਂਟਲ ਅਪਸੈਟ ਹੋ ਗਿਆ, ਉਸ ਤੋਂ ਬਾਅਦ ਸਿਸਟਰ ਸੀ ਉਹ ਵੀ ਅਪਸੈਟ ਹੋ ਗਈ, ਇਹਨਾਂ ਦੀ ਸਿਸਟਰ ਉਹ ਵੀ ਅਪਸੈਟ ਹੋ ਗਈ, ਪਤਾ ਨਹੀਂ ਰੱਬ ਨੇ ਸਮਝ ਨਹੀਂ ਆਈ ਵੀ ਕਹਾਣੀ ਕੀ ਵਾਪਰੀ, ਵੀ ਹੌਲੀ 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 ਇੱਕ ਮੁੰਡਾ ਜਿਹੜਾ ਵਾ ਨਾ ਉਹ ਥੋੜ੍ਹਾ ਸਹੀ ਆ, ਉਹ ਉਸ ਘਰ ਦੇ ਵਿੱਚੋਂ ਬਾਹਰ ਆ ਗਿਆ ਵਾ, ਉਹ ਹੁਣ ਆਪਣੇ ਸਹੁਰਿਆਂ ਪਿੰਡ ਰਹਿਣ ਡਿਆ ਵਾ, ਉਹ ਉਸ ਜਗ੍ਹਾ 'ਤੇ ਜਾ ਕੇ ਉਹ ਸਹੀ ਆ, ਬਾਕੀ ਘਰੋਂ ਬੇਘਰ ਹੋ ਗਿਆ, ਪਾਲੇ ਟੁੱਟੇ ਆ, ਸਾਰਾ ਕੁਛ ਆ, ਘਰ ਜੀਰੋ ਹੋ ਗਿਆ, ਮਾਸੀ ਆਡੀ ਦੀ ਸਾਡੇ ਕੋਲ ਡੈਥ ਹੋ ਗਈ, ਉਹ ਵੀ ਉਹਨਾਂ ਦੀ ਉਹ ਵੀ ਡੈਥ ਉਹ ਵੀ ਮਤਲਬ ਪੂਰੇ ਹੋ ਗਏ, ਫਿਰ ਇਹਨੂੰ ਅਸੀਂ ਜਦੋਂ ਸਾਡੇ ਕੋਲ ਅਸੀਂ ਇਹਨੂੰ ਫਿਰ ਸ਼ੁਰੂ ਤੋਂ ਅਸੀਂ ਮੈਡੀਸਨ ਇਹਦੀ ਚਲਾ ਦਿੱਤੀ, ਵੀ ਚਲੋ ਬੜੀ ਵਧੀਆ ਚੱਲਦੀ ਮੈਡੀਸਨ ਇਹਦੀ, ਮੈਡੀਸਨ ਬਾਬਾ ਜੀ ਤੁਹਾਡਾ ਧੰਨ ਬਹੁਤ ਵਧੀਆ, ਤੁਹਾਡੀ ਚਲੋ ਹੱਥ ਜੋੜ ਕੇ ਬੇਨਤੀ ਹੈ ਵੀ ਇਹਦੀ ਮੈਡੀਸਨ ਇੱਕ ਦਿਨ ਵੀ ਮਿਸ ਹੋ ਗਈ ਤਾਂ ਸਮਝ ਲਓ ਵੀ ਇਹ ਬੰਦਾ ਡੈਡ ਹੋ ਗਿਆ, ਇਹਨੂੰ ਕੋਈ ਪਤਾ ਨਹੀਂ ਲੱਗਣਾ ਮੈਂ ਕੀ ਕਹਿੰਦਾ, ਇਹਨੇ ਕੱਪੜੇ ਲਾਹ ਦੇਣੇ ਆ, ਪੂਰਾ ਹਾਲ ਮਾਰਨ ਪਏਗਾ, ਅੱਗੋਂ ਵੱਟੇ ਮਾਰੇਗਾ, ਇਹਦੇ ਚਲੋ
ਇੱਥੇ ਡਿਸਟਰਬ ਨਹੀਂ ਸੀ ਕਰਦਾ, ਤਿੰਨ ਚਾਰ ਦਿਨ ਤੋਂ ਇੱਕੋ ਹੱਲਾ ਹੋਇਆ ਇਹਦਾ ਕਿ ਉਹ ਜਿਹੜਾ ਆਪਣਾ ਸੇਵਾਦਾਰ ਨੂੰ ਇੱਥੋਂ ਇਹਨੇ ਫੜ ਲਿਆ ਜੀ, ਫਿਰ ਉਹਨੇ ਇਹਨੂੰ ਲੋਕ ਲਾਇਆ, ਨਹੀਂ ਤੇ ਇਹਨੂੰ ਲੋਕ ਵੀ ਨਹੀਂ ਲਾਉਂਦੇ। ਹਾਂਜੀ ਜਿਹੜੇ ਕਿੱਦਣ ਜਿਹੜਾ ਅੱਜ ਜਿਹੜੇ ਅੱਜ ਛਿੜਾ ਕੇ ਲਿਆ ਉਹ ਸਾਡੇ ਤੋਂ ਪੁਲਿਸ ਨੇ ਲੈ ਲਿਆ, ਦੋ ਜਾਣੇ ਸੀਗੇ ਘਰੇ ਜਗ੍ਹਾ ਘਰੇ ਜਗ੍ਹਾ ਕਿੱਦਾਂ ਕਿੱਥੋਂ ਕਿਹੜੀ ਜਗ੍ਹਾ ਤੋਂ ਲੈਂਦਾ? ਗੁਜਰਾਂ ਤੋਂ, ਮੈਂ ਤੁਹਾਨੂੰ ਦੱਸਦਾ ਹੈ, ਇੱਕ ਤਾਂ ਜਲੰਧਰੋਂ ਲਿਆਂਦਾ ਸੀਗਾ ਭੋਗਪੁਰੋਂ, ਜਿਹਦੇ ਟਰੈਕਟਰ ਖੋਲ ਲਿਆ ਜਿੱਥੇ ਉਹਨਾਂ ਨੇ, ਉਹ ਉਹ ਕਿੱਥੇ ਬੰਦਾ ਆਪਣਾ ਇਹ ਉਹਦਾ ਬੰਦਾ ਐਂ ਕਰਕੇ ਉਹ ਹੈਗਾ ਆਪਣੇ ਕੋਲ ਹੀ ਆ ਉੱਥੇ ਆਸ਼ਰਮ ਚੋਣਾ ਅੰਦਰ। ਬਾਕੀ ਬਾਬਾ ਜੀ ਬਹੁਤ ਰਤਾਂ ਆ 7 ਸਾਲ ਰੱਖਿਆ ਇਹਨੂੰ ਗੁਲਾਮ ਬਣਾ ਕੇ, ਇਹ ਉੱਥੇ ਗਿਆ ਸੀਗੇ ਮੁਕਤਸਰ ਸਾਹਿਬ। ਹਾਂਜੀ ਹਾਂ, ਆਹ ਆਹ ਮੇਰਾ ਵੀ ਸਿਕੰਦਰ ਨਾਲ ਮੇਰੇ ਹੁੰਦਾ ਜਿਹੜਾ ਰੌਲਾ ਪਾਉਂਦਾ ਹੁੰਦਾ। ਹਾਂ ਚਲੋ ਬਾਬਾ ਜੀ ਇਹਨਾਂ ਨੂੰ ਤੇ ਡੇਢ ਸਾਲ ਹੋਏ ਹੁਣ, ਸਮਝ ਹੀ ਨਹੀਂ ਆਈ ਵੀ ਮੈਂ ਸਵੇਰੇ ਉੱਠਿਆ ਚਾਹ ਪੀ ਲਾ ਨਹੀਂ ਮੰਨਿਆ, ਫਿਰ ਸਾਨੂੰ ਕਿਸੇ ਫੋਨ ਕੀਤਾ ਵੀ ਜੋਗਿੰਦਰ ਆਣ ਡਿਆ, ਇਹ ਇਹ ਸਾਡਾ ਬੇਟਾ ਆਇਆ ਇਹ ਉਸ ਦੁਆਬਾ ਸਕੂਲ ਤੱਕ ਆਇਆ, ਉਸ ਨਹੀਂ ਮਿਲਿਆ। ਮੈਂ ਤਿਆਰ ਹੋਣ ਡਿਆ, ਮੈਂ ਤੂੰ ਗੁਰੂ ਮਿੰਟੋ ਮਿੰਟੀ ਜਾ, ਮੈਂ ਪ੍ਰੋਬਲਮ ਹੋ ਗਈ ਉਹਨੂੰ ਤੇ ਮੈਂ ਛੇਤੀ ਛੇਤੀ ਜਾ। ਇਹ ਜਿੰਨੇ ਚਿਰ ਨੂੰ ਗਿਆ ਵਾ ਇਹਦੇ ਜਾਂਦਿਆਂ ਜਾਂਦੇ ਅੱਗੋਂ ਗਾਇਬ ਹੋ ਗਿਆ, ਬੜਾ ਲੱਭਿਆ ਇੱਧਰ ਉੱਧਰ ਗਏ ਪਰ ਨਹੀਂ ਗੱਲ ਬਣੀ। ਅਤੇ ਚਲੋ ਬਾਬਾ ਜੀ ਆ ਤੇ ਚਲੋ ਤੁਹਾਡਾ ਲੱਖ ਲੱਖ ਅਸੀਂ ਇਹ ਵੀ ਸੋਚਿਆ, ਅਸੀਂ ਸੋਚਿਆ ਵੀ ਕੰਮ ਖਰਾਬ ਹੋ ਗਿਆ, ਸਾਨੂੰ ਕਿਸੇ ਨੇ ਦੱਸਿਆ ਵੀ ਇੱਦਾਂ ਵੀ, ਪਰ ਕਰ ਕੀ ਸਕਦੇ ਹਾਂ, ਸੁਣਨਾ ਹੀ ਲੋਕਾਂ ਦੀਆਂ। ਪਰ ਰੱਬ ਤੇ ਭਰੋਸਾ ਹੈਗਾ ਇਹ ਵੀ ਸਾਡੀ ਉਹਨਾਂ ਨੂੰ ਫੋਟੋ ਦਿੱਤੀ ਠਾਂਦਾ ਸਾਹਿਬ ਆਉਂਦਾ ਵੀ ਐਸ ਐਚ ਓ ਘੁੰਮਣ ਆਉਂਦਾ ਵੀ ਤੁਸੀਂ ਇੱਦਾਂ ਕਰੋ ਗੁਜਰਾਂ ਡੇਰੀ ਖਾਸ ਕਰਕੇ ਦੇਖੋ, ਅੱਧੀ ਜਿਹੜੀ ਸੰਸਥਾ ਬਣੀ ਹੈ ਨਾ ਉਹ ਗੁਜਰਾਂ ਡੇਰੀ ਬੰਦੇ ਬੜੇ ਕਰਦੇ ਆ ਵੀ ਲੈਟ ਜਗ੍ਹਾ ਦੇ, ਅਤੇ ਉਹਨਾਂ ਨੂੰ ਉਹ ਚੈੱਕ ਕਰੋ ਗੁਜਰਾਂ ਡੇਰੀ ਵੀ ਵੇਖ ਲੈ ਲਾਗੇ ਲਾਗੇ, ਹੋਰ ਜੱਟਾਂ ਦੇ ਡੇਰੇ ਵੀ ਕਹਿੰਦੇ ਵੀ ਕਈ ਜੱਟ ਵੀ ਗਲਾਉਂਗਾ। ਇੱਕ ਨਾ ਸਾਡੇ ਕਹਿਣ ਡਿਆ ਸੀ ਜੱਟ ਮੇਰੇ ਪਿੰਡ ਲੱਗ ਗਿਆ, ਉਹਦਾ ਤਿੰਨ ਬੰਦੇ ਫੜੇ ਉਹਨਾਂ ਨੇ, ਪਤਾ ਨਹੀਂ ਛੱਡ ਦਿੱਤੇ ਹੋਣੇ ਨੇ, ਉਹਨਾਂ ਨੇ ਡੱਬੇ ਰੱਖੇ ਆ ਬਾਥਰੂਮ ਵਾਲੇ 'ਚ ਅੰਦਰ ਰੱਖਦੇ ਨੇ, ਬਾਥਰੂਮ ਕਰਾਉਣਾ ਲੈਟਰਿੰਗ ਦੋਣੀ ਸਵੇਰੇ ਉਹਨੂੰ ਫੈਂਕੋ, ਉਸ ਤੋਂ ਬਾਅਦ ਉਹਨਾਂ ਨੇ ਕਹਿਣਾ ਉਹਨਾਂ ਕੰਮ ਕਰਾ ਕੇ ਫਿਰ ਅੰਦਰ। ਤੁਸੀਂ ਭਾਅ ਜੀ ਅੱਜ ਦੀ ਵੀਡੀਓ ਵੇਖੀ ਮੇਰੀ, ਹੁਣ ਮੈਂ ਪਾਈ ਜਿਹੜੀ ਅੱਜ ਗੁਜਰਾ ਫੋਨ ਕੱਢਿਓ ਬੰਦੇ ਦੇ ਉੱਤੇ, ਇੱਕ ਮੱਝ ਦਾ ਗੋਹਾ ਤੇ ਬੰਦੇ ਦੇ ਉੱਤੇ ਹੀ ਲੱਗਾ ਹੋਣਾ ਵਾ। ਆਹ ਫੋਨ ਕੱਢੇ ਮੈਂ ਹੁਣੇ ਯੂਟਿਊਬ 'ਤੇ ਪਾਈ ਆ, ਪਰ ਰਸਤੇ 'ਚ ਨਾਲ ਦਾ ਮੁੰਡਾ ਗੱਡੀ ਚਲਾਉਣ ਡਿਆ ਤੇ ਮੈਂ ਆਉਂਦਾ ਹੁੰਦਾ ਪਾਤੀ ਵੀ, ਟਾਈਮ ਵੀ ਇੱਦਾਂ ਲੱਗਦਾ ਕਿ ਯਾਰ ਗੱਡੀ 'ਚ ਵੀਡੀਓ ਪਾਉਣੀ ਪੈਂਦੀ ਆ, ਯੂਟਿਊਬ ਕੱਢਿਓ। ਅਤੇ ਹੁਣ ਆਹ ਵੀਰ ਆ, ਇਹਨੂੰ 7 ਸਾਲ ਗੁਲਾਮ ਬਣਾਇਆ ਸੀਗਾ ਮੁਕਤਸਰ ਸਾਹਿਬ ਦੇ ਵਿੱਚ, ਹੁਣ ਇਹਦਾ ਘਰ ਨਹੀਂ ਲੱਭ ਰਿਹਾ, ਜਿਵੇਂ ਹੁਣ ਤੁਹਾਡਾ ਵੀਰ ਵੀ 4-5 ਮਹੀਨੇ ਤੋਂ ਸੀਗਾ, ਚਲੋ ਹੋ ਸਕਦਾ ਵਾ ਕਿ ਚਲੋ ਹੁਣ ਆਪਾਂ ਵੀਡੀਓ ਪਾਉਂਦੇ ਰਹਿੰਦੇ ਹਾਂ। ਹਾਂਜੀ ਇਹ ਇਹ ਹਾਂ 13 ਦਸੰਬਰ ਤੋਂ ਹੈ ਆਪਣੇ ਕੋਲ, ਇਹ ਮੈਂ ਵੀਡੀਓ ਨਹੀਂ ਪਾਈ, ਮੇਰੇ ਕੋਲ ਹੈਗੀ ਹੈ, ਲਗਭਗ ਆਇਆ ਉਦੋਂ ਕਿਸੇ ਆ, ਤੁਹਾਨੂੰ ਕਿੱਦਾਂ ਪਤਾ 3 ਦਸੰਬਰ ਤੋਂ ਆਇਆ? ਤੁਸੀਂ ਦੱਸਿਆ ਸੀ ਫੋਨ ਦੇ ਵਿੱਚ।
ਅੱਛਾ ਫੋਨ ਤੋਂ ਦੱਸਿਆ ਹੋਇਆ ਨਹੀਂ ਮਤਲਬ ਐਸਟੀਮੇਟ ਉੱਥੇ ਜਾ, ਮੇਰੇ ਤੋਂ ਵੀਡੀਓ ਬਣੀ ਪਈ ਇਹਦੀ, ਮੈਂ ਸਾਰੀ ਵੀਡੀਓ ਪਾਊਂਗਾ ਤੁਹਾਨੂੰ ਵੀ ਕਿੱਦਾਂ ਮੈਂ ਕਿੱਦਾਂ ਉਹਨੂੰ ਲੈ ਕੇ ਆਇਆ, ਹਜੇ ਮੈਂ ਪਾਈ ਨਹੀਂ ਉਹ ਐਦ, ਕਿਉਂਕਿ ਮੈਨੂੰ ਇਹ ਸੀਗਾ ਨਾ ਕੱਲ੍ਹ ਵਾਲੀ ਵੀਡੀਓ ਤੋਂ ਮੈਨੂੰ ਰਿਜ਼ਲਟ ਮਿਲ ਗਿਆ। ਪਹਿਲਾਂ ਮੈਨੂੰ ਇਹ ਸੀਗਾ ਕਿ ਮੈਂ ਵੀਡੀਓ ਕਿਉਂ ਪਾਵਾਂ ਇਹਦੀ, ਜਦੋਂ ਮੇਰੇ ਕੋਲ ਆਲਰੇਡੀ ਇਹਦਾ ਰਿਜ਼ਲਟ ਹੈਗਾ ਵਾ ਵੀ ਇਹ ਪਿੰਡ ਦਾਰਮ ਦਾਰਮ ਦੱਸਦਾ ਪਿਆ। ਹਾਂਜੀ ਹਾਂ, ਫਿਰ ਮੈਂ ਉੱਥੇ ਸੰਗਤ ਨੂੰ ਮੈਂ ਕਹਿਣ ਵੀ ਡਿਆ ਸੀਗਾ ਕਿ ਮੈਨੂੰ ਬਸ ਵੀਡੀਓ ਪਾਉਂਦੀ ਡੇਰੇ ਦਾ ਘਰ 'ਤੇ ਲੱਭਣ ਨਹੀਂ ਵਾਲਾ ਵਾ, ਮੈਨੂੰ ਇਹ ਸੀਗਾ ਪਿੰਡ ਦੇ ਦਲਮ ਦੱਸਿਆ ਹੈਗਾ ਵਾ ਅਤੇ ਮੈਂ ਵੀਡੀਓ ਤਾਦ ਪਾਵਾਂ, ਇਹਦਾ ਐਡਰੈਸ ਨਹੀਂ ਪਤਾ। ਜਦੋਂ ਪਿੰਡ ਦਲਮ ਪਹੁੰਚ ਗਿਆ ਮੈਂ ਯਾਰ ਇਹਦਾ ਤਾਂ ਪਿੰਡ ਦਲਮ ਨਹੀਂ ਹੈਗਾ, ਹੁਣ ਇਹਦੀ ਵੀਡੀਓ ਪਾਉਣੀ ਪੈਣੀ ਆ। ਆਵੇ ਆਹ ਹੁਣ ਪਹਿਲਾਂ ਪਾਈ, 23 ਮਿੰਟ ਪਹਿਲਾਂ ਪਾਈ, ਆ ਵੇਖਿਓ ਆ ਜੀ ਹੱਥ ਵੇਖਿਓ ਇਹਦੇ ਬੰਦੇ। ਪੁਲਿਸ ਨੇ ਰੱਖ ਲਿਓ ਤੇ ਕਾਰ ਵੀ ਕਰਾਉਣ ਡਿਆ ਨਾ ਮੈਂ, ਆ ਆ ਹਾਲਾਤ ਬਣਾਏ ਇਹਨਾਂ ਨੇ, ਕੀ ਤਾਂ ਵਿਚਾਰਾ ਇਹ ਕਿੱਥੇ ਰਹਿੰਦਾ ਰਹੂਗਾ। ਹਾਂਜੀ 2 ਮਿੰਟ ਕਦੇ ਬੰਦ ਬਚ। ਹਾਂਜੀ ਸੰਗਤ ਜੀ, ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਸੰਗਤ ਜੀ, ਆਪਾਂ ਕੱਲ੍ਹ ਇੱਕ ਦਾਲ ਪਿੰਡ ਕਹਿ ਸੀਗੇ, ਤੁਸੀਂ ਵੇਖਿਆ ਸੀਗਾ ਕਿ ਆਹ ਜਿਹੜੇ ਵੀਰ ਜੀ ਤੁਸੀਂ ਮੇਰੇ ਸਾਹਮਣੇ ਵੇਖ ਰਹੇ ਜੇ, ਇਸ ਵੀਰ ਨੂੰ ਆਪਾਂ ਲੈ ਕੇ ਪਿੰਡ ਦਾਲਮ ਦੀਆਂ ਗਲੀਆਂ ਦੇ ਵਿੱਚ ਘੁੰਮੇ ਸੀਗੇ ਅਤੇ ਪਰ ਉੱਥੇ ਸਾਨੂੰ ਇਸ ਵੀਰ ਦਾ ਐਡਰੈਸ ਨਹੀਂ ਸੀ ਪਤਾ ਲੱਗਾ। ਪਰ ਜਦੋਂ ਵੀਡੀਓ ਪਾਈ ਤਾਂ ਬੜਾ ਧੰਨਵਾਦ ਕਰਦੇ ਹਾਂ ਅਸੀਂ ਸੰਗਤ ਦਾ ਜਿਨ੍ਹਾਂ ਨੇ ਉਸ ਵੀਡੀਓ ਨੂੰ ਸ਼ੇਅਰ ਕੀਤਾ, ਲਾਈਕ ਕੀਤਾ ਜਾਂ ਉੱਤੇ ਕਮੈਂਟ ਕੀਤੇ ਅਤੇ ਜਿਹਦੇ ਥਰੂ ਅੱਜ ਆਪਾਂ ਨੂੰ ਪਰਿਵਾਰ ਮਿਲਿਆ ਜੀ। ਇਹ ਤੁਹਾਡਾ ਵੀਰ ਜੀ ਕੀ ਲੱਗਦਾ ਨੇ? ਹਾਂਜੀ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਆਪਾਂ ਆ ਵੀਰ ਦੀ ਵੀਡੀਓ ਪਾਈ ਸੀਗੀ, ਕੱਲ੍ਹ ਹੀ ਪਾਈ ਸੀਗੀ ਕਿ ਕਿੱਦਾਂ ਆਪਾਂ ਇਸ ਵੀਰ ਨੂੰ ਪਿੰਡ ਉਹ ਸਵੇਰ ਦੀ ਮੈਨੂੰ ਜ਼ਰੂਰ ਬਣਾਇਓ, ਬਣਾਇਓ ਬਣਾ ਕੇ ਭੇਜਾਂ, ਤੈਨੂੰ ਖੁਸ਼ੀ ਹੁੰਦੀ ਹੈ। ਲਖੇ ਬੂਆ ਖੋਲ ਲਈ, ਬੂਆ ਖੋਲ, ਮੈਂ ਤੇ ਕਿਦਾਂ ਧਿਆਨ ਰੱਖਾਂ, ਮੈਂ ਕਿਹਾ ਹੋਊਗਾ ਵੀਰ ਹੋਣੀ ਭਾਵੇਂ, ਮੈਂ ਆਖਿਆ ਜਦੋਂ ਖਰਾਬ ਹੁੰਦੇ ਹੋ ਨਦੀ ਰਾਤ, ਮੈਂ ਤਾਂ ਤੁਹਾਨੂੰ ਬੈਕ ਕਰ ਕੀਤੀ ਉਸੇ ਵੇਲੇ ਇਹਦੇ ਵਿਚਕਾਰ ਬਾਲੋ ਨੀ ਤੇ ਹੁਣ ਨਾ ਮੇਰਾ ਅੰਕਲ ਜੀ ਤੁਸੀਂ ਇੱਕ ਕੰਮ ਕਰਿਓ, ਕਿਉਂਕਿ ਬੰਦੇ ਨੇ ਤਾਂ ਪਤਾ ਕਈ ਵਾਰੀ ਅੱਗਾ ਪਿੱਛਾ ਹੋ ਜਾਂਦਾ, ਇਹਦੀ ਬਾਂਹ ਤੇ ਇੱਥੇ ਨੰਬਰ ਲਿਖਾ ਦਿਓ, ਨੰਬਰ ਜ਼ਰੂਰ ਲਿਖਾ ਦਿਓ, ਠੀਕ ਹੈ, ਇਹਦੀ ਬਾਂਹ ਤੇ ਨੰਬਰ ਹੁੰਦਾ ਤੇ ਇਹਨੇ ਪਹਿਲੇ ਦਿਨ ਹੀ ਅਸੀਂ ਇਹਨੂੰ ਘਰ ਛੱਡ ਆਉਂਦੇ ਸੀ, ਠੀਕ ਹੈ ਜੀ, ਉਹ ਟੈਟੂ ਨੀ ਬਣ ਜਾਂਦਾ ਜਿਹੜਾ ਟੈਟੂ ਬਣਿਆ, ਇਹਦਾ ਇੱਥੇ ਬਾਂਹ ਤੇ ਛਪਾ ਦਿਓ, ਐਡਰੈਸ ਛਪਾ ਦਿਓ, ਠੀਕ ਹੈ, ਮੋਬਾਈਲ ਨੰਬਰ ਜ਼ਰੂਰ ਦਿਓ ਜਿਹੜਾ ਤੁਹਾਡਾ ਕੋਈ ਐਕਟਿਵ ਹੋਵੇ, ਹਾਂਜੀ ਇਹ ਜ਼ਰੂਰ ਬੇਦੀ ਆ ਜਾ ਜਾ
ਬਾਬਾ ਜੀ ਅਸੀਂ ਆਉਣਾ ਵਾ ਤੁਹਾਡੇ ਕੋਲ ਜੀ ਜਰੂਰ ਭਰਾ ਤੁਹਾਡੇ ਭਰਾਵਾਂ ਦੇ ਨਾਲ ਹੀ ਆ ਹਾਂਜੀ ਜਰੂਰ ਜਰੂਰ ਜੀ ਆਏ ਨੂੰ ਤੁਹਾਡਾ ਵੀ ਜੀ ਆ ਗਿਆ ਮੇਰੇ ਕੋਲ ਨੰਬਰ ਜਦੋਂ ਮੈਨੂੰ ਫੋਨ ਲਾਉਣਾ ਨਾ ਉਸੇ ਫੋਨ ਤੋਂ ਫੋਨ ਲਾਇਆ ਮੈਂ ਨੰਬਰ ਸੇਵ ਕੀਤਾ ਤੁਹਾਡਾ ਹਾਂਜੀ ਬਹੁਤ ਬਹੁਤ ਧੰਨਵਾਦ ਬਾਬਾ ਜੀ ਚੰਗਾ ਜੀ ਮੇੜਾ ਕਰੇ ਚੜ੍ਹਦੀ ਕਰ ਮੇਰਾ ਜਿਹੜਾ ਚੱਲਿਆ ਉਹ ਤਾਂ ਕਮਾਉਣ ਹੀ ਨਹੀਂ ਡਿਆ ਚੱਲ ਜਗਿੰਦਰ ਤੂੰ ਵੀ ਕਮਾ ਬਾਬਾ ਜੀ ਸਤਿ ਸ਼੍ਰੀ ਅਕਾਲ ਕਹਿ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੱਥ ਛੋਟ ਬਾਬਾ ਜੀ ਨਾ ਸ਼ੁਕਰ ਆ ਭਰਾਵਾ ਇਹ ਤੇ ਮਿਲਣਾ ਬਾਬਾ ਜੀ ਨੂੰ ਕਹਿ ਮੈਂ ਮਿਲਣਾ ਵਾਂਗਾ ਠੀਕ ਹੋ ਗਿਆ ਯਾ ਬਾਬਾ ਜੀ ਠੀਕ ਹੋ ਕੇ ਮਿਲਣਾ ਵਾਂਗਾ ਅਜੇ ਨਾ ਅੱਜ ਉਹ ਮੈਡੀਸਿਨ ਦਾ ਲੋਰ ਜਾ ਵੈਨ ਹਾਂਜੀ ਹਾਂਜੀ ਓਕੇ ਵੀ ਜੀ ਧੰਨਵਾਦ ਜੀ ਮੇਰਾ ਫਾਇਦਾ ਹੋਇਆ ਵੀਡੀਓ ਪਾਉਣ ਦਾ ਉਹ ਫੋਨ ਬੰਦ ਹੋ ਗਿਆ ਦੂਜਾ ਫੋਨ ਬੰਦ ਹੋ ਗਿਆ ਉਹ ਫੋਨ ਬੰਦ ਹੋ ਗਿਆ ਹਾਂ ਹਾਂਜੀ ਬਹੁਤ ਬਹੁਤ ਧੰਨਵਾਦ ਸਾਰੀ ਸੰਗਤਾਂ ਵੇਖੋ ਵੀਡੀਓ ਕਿੰਨਾ ਇੱਕ ਖੁਸ਼ੀ ਸੀ ਉਹਨਾਂ ਭਰਾਵਾਂ ਦੇ ਚਿਹਰੇ ਦੇ ਉੱਪਰ ਜਿਨ੍ਹਾਂ ਦਾ ਇੱਕ ਅੱਜ ਇੱਕ ਪਰਿਵਾਰਕ ਮੈਂਬਰ ਉਹਨਾਂ ਨੂੰ ਵਾਪਸ ਮਿਲਿਆ ਤੇ ਮਿਲਿਆ ਕਿੰਨੇ ਚਿਰ ਬਾਅਦ ਸੰਗਤ ਜੀ ਪੂਰੇ 1.5 ਸਾਲ ਬਾਅਦ ਤੁਹਾਨੂੰ ਵੀ ਪਤਾ ਵਾ ਕਿ ਇੱਕ ਦਿਨ ਮਾਂ ਦਾ ਪੁੱਤ ਘਰੋਂ ਬਾਹਰ ਚਲ ਜੇ ਜਾਂ ਭੈਣ ਦਾ ਭਰਾ ਘਰੋਂ ਬਾਹਰ ਚਲ ਜੇ ਤੇ ਪਰਿਵਾਰ ਨੂੰ ਵੀਰੋ ਨੀਂਦ ਨਹੀਂ ਆਉਂਦੀ ਤੇ ਤੁਹਾਨੂੰ ਵਿਚਾਰਾ ਪਰਿਵਾਰ ਜਿਨ੍ਹਾਂ ਨੇ 1.5 ਸਾਲ ਇੰਤਜ਼ਾਰ ਕੀਤਾ ਪਰ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਵਾਰ ਵਾਰ ਮੇਰੀਆਂ ਰੱਬ ਵਰਗੀਆਂ ਭੈਣਾਂ ਦਾ ਵੀਰਾਂ ਦਾ ਸੰਗਤ ਦਾ ਜਿਨ੍ਹਾਂ ਨੇ ਅੱਜ ਮੌਕਾ ਦਿੱਤਾ ਕਿ ਇਹੋ ਜਿਹੇ ਪਰਿਵਾਰਾਂ ਦੀ ਅਸੀਸਾਂ ਲੈਣ ਦਾ ਅਸਲ ਦੇ ਵਿੱਚ ਅਸੀਸਾਂ ਦੇ ਹੱਕਦਾਰ ਮੇਰੇ ਜਿਹੜੇ ਵੀਰ ਵਾ ਜਿਹੜੇ ਆ ਵੀਡੀਓ ਸ਼ੇਅਰ ਕਰਦੇ ਆ ਭੈਣਾਂ ਵਾ ਜਿਹੜੇ ਦੁਆਵਾਂ ਕਰਦੇ ਆ ਅਸਲ ਦੇ ਵਿੱਚ ਹੱਕਦਾਰ ਉਹ ਸੰਗਤਾਂ ਨੇ ਸੋ ਸਾਰੀ ਸੰਗਤਾਂ ਬਹੁਤ ਬਹੁਤ ਧੰਨਵਾਦ ਸੰਗਤ ਜੀ ਤੇ ਇਹ ਵੀਰ ਜੀ ਆਪਣਾ ਆਸ਼ਰਮ ਪਿੰਡ ਮਰਹਾਣਾ ਜ਼ਿਲ੍ਹਾ ਤਰਨ ਤਾਰਨ ਦੇ ਵਿੱਚ ਆ ਤੇ ਸਾਨੂੰ ਥੋੜੀ ਜਿਹੀ ਪ੍ਰੋਬਲਮ ਆਉਂਦੀ ਕਿ ਇੱਥੇ ਥਾਂ ਕੱਚਾ ਵਾ ਜੇਕਰ ਕੋਈ ਭੈਣ ਕੋਈ ਵੀਰ ਇੱਥੇ ਸੇਵਾ ਕਰਨਾ ਚਾਹੁੰਦਾ ਹੋਵੇ ਕੋਈ ਸੌਦੇ ਦੀ ਸੇਵਾ ਕਰਨਾ ਚਾਹੁੰਦਾ ਹੋਵੇ ਕੋਈ ਇੱਥੇ ਆਸ਼ਰਮ ਦੇ ਵਿੱਚ ਕੱਪੜੇ ਦੀ ਦਵਾਈਆਂ ਦੀ ਕਿਸੇ ਟਾਈਪ ਦੀ ਵੀ ਸੇਵਾ ਕਰਨਾ ਚਾਹੁੰਦਾ ਹੋਵੇ ਤਾਂ ਜ਼ਰੂਰ ਸੰਪਰਕ ਕਰੇ ਅਤੇ ਹੁਣ ਸਾਡਾ ਇਹ ਟੀਚਾ ਵਾ ਇੱਥੇ ਲੋਕਡਾਊਨ ਲੱਗ ਜੇ ਸੋ ਇੰਨੀ ਕੁ ਬੇਨਤੀ ਜ਼ਰੂਰ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ